वाहेगुरु जी का खालसा वाहेगुरु जी की फतेह। ठीक गलम कर अस्सलाम वालेकुम ते तारों पार बैठे वीरां नूं सत श्री अकाल। यूट्यूब चैनल टूटियां तंदां दे मंच ते सारे दोस्तों नूं जी आया नूं असीं बैठे हां चक नंबर 40 दीबी जिला खुशाब विच बाबा मुख्तार होणा दे कोल। बाबा मुख्तार होणी 1947 वेले जिला हुशियारपुर दे पिंड झिंगड़ कलां विचों बड़िया झिंगड़ा चो पाकिस्तान आए तो इस वेले लहिंदा पंजाब दे जिला खुशाब दे पिंड चक नंबर 40 दीबी हयात ने ते बाबा जी का इंटरव्यू होया यूट्यूब चैनल ते पिंड दे लोकां ने वेख्या ते बहुत खुश होए। असी सोचा भी बाबा जी नूं आके ते दसीए भी तुहाडियां गल्लां जिहड़ियां तुहाडे पिंड गईयां ने ते पिंड दे लोकां ने की रिस्पांस दिता। बाबा जी अस्सलाम वालेकुम। वालेकुम सलाम। बाबा जी पिंड तुहाडियां गल्लां गईयां झिंगड़ कलां च, लोकां ने सुनियां बड़े खुश होए। खिले पैने से मुड़के आवे हो किसी ने मजे हो। अच्छा मैं नहीं जाना। ठीक दो तीन साल दिन का रहा। हाँ जी। फिर साडा एक इस्लामी बच्चा सगा ओहदा नाम सी तालिब हुसैन। अच्छा जी। ओह दे नाल बेवा औरत दा बेटा सी। अच्छा। ओहदे वास्ते बाबा जी इक इस्लामी बंदे कोल गए पिंड दा रिश्ता। अच्छा। ते जदों आवाज होई दे ते मैनूं अपने मकानां च बाह दे। ठीक आ। ओहदे नाल मन दे आप ओहदी शादी कीती बच्चे दी ते अपने मकाना चो बाल दिता। अच्छा जी। ते जो किसी दे काम ना आवे। हाँ जी। चलो यार साडा कम है ओह मेरे अगे तो रखण दे आ जी। हाँ चलो तुसी अपनी गल थोड़ी रखो। हाँ जी हाँ जी करो गल बाबा। अच्छा जी। ओहदे विच बाल कर दिता। अच्छा बच्चे ने। ठीक आ। पर आप ते अल्लाह नूं प्यारे हो। हाँ जी हाँ जी। अच्छा बाबा जी पिंड चो ना
एक उथे तुहाडे पिंड दी धी आ मीना गिल नाल उहदे नां दे रंधावा भी लिखिया ਉਹ ਇੰਗਲੈਂਡ ਹੈਗੇ ਬਰਤਾਨੀਆ ਅੱਛਾ ਉਹਨਾਂ ਨੇ ਤੁਹਾਡਾ ਇੰਟਰਵਿਊ ਵੇਖਿਆ ਉਹ ਬੇਟੀ ਤੁਹਾਡੀ ਤੁਹਾਡੇ ਪਿੰਡ ਦੀ ਬਹੁਤ ਖੁਸ਼ ਹੋਈ ਉਹਨਾਂ ਨੇ ਕੁਛ ਆਹ ਫੋਟੋਆਂ ਵੀ ਘੱਲੀਆਂ ਨੇ ਅੱਛਾ ਇੱਕ ਤਾਂ ਇਹ ਫੋਟੋ ਇਹਦੇ ਨਾਲ ਕੀ ਲਿਖਿਆ ਵਾ ਵੀ ਕਹਿੰਦੇ ਆ ਵੀ ਸਤਿ ਸ਼੍ਰੀ ਅਕਾਲ ਭਾਅ ਜੀ ਬਹੁਤ ਖੁਸ਼ੀ ਹੋਈ ਕਿਸੇ ਆਪਣੇ ਪਿੰਡ ਦੇ ਨੂੰ ਦੇਖ ਕੇ ਬਹੁਤ ਦੁੱਖ ਵੀ ਹੋਇਆ ਕਿ ਵਿਛੜੇ ਆਪਣੇ ਵਿਚਾਰੇ ਆਪਣੇ ਘਰ ਨੂੰ ਆਪਣੇ ਫਰੈਂਡਸ ਨੂੰ ਵੇਖਣ ਲਈ ਤਰਸ ਰਹੇ ਨੇ ਬਾਬਾ ਜੀ ਜੋ ਕਿ ਝਿੰਗੜ ਕਲਾਂ ਤੋਂ ਹਨ ਉਹਨਾਂ ਨੂੰ ਇਹ ਫੋਟੋ ਦਿਖਾ ਦੇਣਾ ਕਿ ਉਹ ਮੇਰੇ ਗ੍ਰੈਂਡ ਫਾਦਰ ਐਂਡ ਗ੍ਰੈਂਡ ਮਦਰ ਨੂੰ ਪਹਿਚਾਣਦੇ ਆ ਕਿ ਨਹੀਂ ਅੱਛਾ ਆਹ ਨਾ ਮੀਨਾ ਭੈਣ ਦੇ ਹੈਗੇ ਆ ਦਾਦਾ ਦਾਦੀ ਇਹਨਾਂ ਦਾ ਨਾਮ ਹੈਗੇ ਆ ਸਰਦਾਰ ਹਰੀ ਸਿੰਘ ਗਿੱਲ ਅਤੇ ਇਹਨਾਂ ਦੀ ਦਾਦੀ ਜੀ ਦਾ ਨਾਮ ਆ ਸਰਦਾਰਨੀ ਪ੍ਰੀਤਮ ਕੌਰ ਅੱਛਾ ਇਹਨਾਂ ਦੇ ਤਾਇਆ ਜੀ ਸੀਗੇ ਨਿਰਮਲ ਸਿੰਘ ਨਿੰਬਾ ਕਹਿੰਦੇ ਸੀ ਉਹਨਾਂ ਨੂੰ ਨਿਰਮਲ ਸਿੰਘ ਨਿੰਬਾ ਆਉਂਦਾ ਕੋਈ ਚੇਤਾ ਆਪਣੇ ਪ੍ਰੀਤਮ ਹੈ ਨਾ ਹਾਂਜੀ ਪ੍ਰੀਤਮ ਨੂੰ ਮੈਂ ਤਾਈ ਕਹਿੰਦਾ ਸੀ ਕੀ ਕਹਿੰਦੇ ਸੀ ਤਾਈ ਤਾਈ ਅੱਛਾ ਫਿਰ ਮੇਰਾ ਵਾਲਦ ਮੇਰਾ ਲਾਲ ਪਿਓ ਆਪ ਛੋਟੇ ਬਣਦੇ ਸੀ ਹਾਂਜੀ ਉਹਨਾਂ ਦੇ ਨੀਹੇ ਨੂੰ ਬੈਠੇ ਸਮਝਦੇ ਅੱਛਾ 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 ਮੈਂ ਕਦੇ ਜਾਂਦਾ ਸੀ ਨਾ ਹਾਂਜੀ ਅਤੇ ਉਹ ਬਹੁਤ ਮੁਹੱਬਤ ਕਰਦੇ ਸੀ ਅੱਛਾ ਪ੍ਰੀਤਮ ਦਾ ਚੰਗੀ ਤਰ੍ਹਾਂ ਪਤਾ ਤੁਹਾਨੂੰ ਪ੍ਰੀਤਮ ਤਾਈ ਤੁਹਾਡੀ ਇੱਥੇ ਹੁਣ ਵੱਸਦੇ ਹਾਂ ਸਾਰਿਆਂ ਦਾ ਪਤਾ ਹੀ ਹੈ ਬਾਬਾ ਜੀ ਵੇਖੋ ਪਹਿਲਾਂ ਫੋਟੋ ਜੇ ਤੁਹਾਨੂੰ ਪਛਾਣ ਹੋਵੇ ਤਾਂ ਇਹ ਫੋਟੋ ਆ ਮਾਂ ਜੀ ਦਾ ਪ੍ਰੀਤਮ ਦਾ ਅਤੇ ਇਹ ਫੋਟੋ ਆ ਹਰੀ ਸਿੰਘ ਹੋਣਾ ਦਾ ਸਰਦਾਰ ਜੀ ਦਾ ਠੀਕ ਹੈ ਆਉਂਦੀ ਪਛਾਣ ਚੰਗੀ ਜਾਣਦਾ ਸੀ ਮੈਂ ਅੱਛਾ ਹਾਂ ਚੰਗੀ ਵਜਨ ਆਈ ਸੀ ਮੈਂ ਤਾਂ ਤਾਈ ਕਹਿੰਦਾ ਸੀ ਅੱਛਾ ਜਿਹੜਾ ਇਹ ਮੈਂ ਜਾਂਦਾ ਸੀ ਨਾ ਹਾਂਜੀ ਅਤੇ ਮੇਰੇ ਨੂੰ ਤਾਂ ਆ ਕੇ ਉਹ ਇੱਥੇ ਸਰਦਾਰ ਲੋਕ ਸੀ ਹਾਂਜੀ ਕੋਈ ਚੀਜ਼ ਲੱਡੂ ਜਾਂ ਕੋਈ ਪੇਸਟੀ ਜਾਂ ਕੋਈ ਮੁਹੱਬਤ ਨਾਲ ਮਿਲ ਗਏ ਅੱਛਾ ਉਹ ਗੱਲ ਹੈ ਜੀ ਟਾਈਮ ਦੀ ਗੱਲ ਹੁਣ ਇਤਨਾ ਵਕਤ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਅੱਛਾ ਅਤੇ ਹੋਰ ਇਹਨਾਂ ਨੇ ਆ ਕੁਛ ਫੋਟੋਆਂ ਘੱਲੀਆਂ ਨੇ ਪਿੰਡ ਦੀਆਂ ਅਤੇ ਪਿੰਡ ਵੇਖਣ ਨੂੰ ਜੀ ਕਰਦਾ ਵਾ ਵੀ ਤੁਹਾਨੂੰ ਪਿੰਡ ਵਿਖਾਈਏ ਕਿਸੇ ਵੇਲੇ ਤਾਂ ਜੀ ਕਰਦਾ ਪਿੰਡ ਵੇਖਣ ਨੂੰ ਫੋਟੋਆਂ ਮੈਂ ਕਰਦਾ ਵੀ ਮੈਂ ਆਪਣੇ ਪੁੱਤਰ ਨੂੰ ਆਖਿਆ ਹਾਂਜੀ ਹਾਂਜੀ ਮੈਂ ਕਿਹਾ ਯਾਰ ਕਿਤੇ ਸਾਲ ਬਣਾ ਦਿੰਦੇ ਨਾ ਹਾਂਜੀ ਉਹ ਕਹਿਣਗੇ ਸਾਲ ਦਾ ਬਾਬਾ ਜੀ ਕਿ ਮੈਂ 5 ਸਾਲਾਂ ਦਾ ਬਣਾ ਦੇਵਾਂ ਅੱਛਾ ਦਰਵਾਜ਼ਾ ਕਾਰਡ ਹਾਂਜੀ ਤੁਸੀਂ ਹਰ ਸਾਲ ਜਾ ਕੇ ਸਾਲ ਦਾ ਦੋਵਾਂ ਹੀ ਜਾ ਕੇ ਹਾਂਜੀ ਨਾ ਲੋਕਾਂ ਨੇ ਤੁਹਾਡੀ ਵੀਡੀਓ ਵੇਖੀ ਪਿੰਡਿਆਂ ਨੇ ਨਾ ਅਤੇ ਬੰਦਿਆਂ ਨੇ ਥੱਲੇ ਬੜੇ ਪੈਗਾਮ ਦਿੱਤੇ ਆ ਤੁਹਾਨੂੰ ਇਹ ਇੱਕ ਹੈਗੇ ਆ ਲਾਡਲੀ ਫੌਜ ਦੇ ਨਾਂ ਤੋਂ ਭਾਈ ਕਹਿੰਦਾ ਵੀ ਮੈਂ ਝਿੰਗੜ ਕਲਾਂ ਤੋਂ ਵਾਂ ਅਤੇ ਮੇਰੀ ਉਮਰ ਹੈਗੀ 30 ਸਾਲ ਅਤੇ ਇਹਦੇ ਵਾਲਦ ਸਾਹਿਬ ਅਮਰੀਕਾ 'ਚ ਰਹਿ ਰਹੇ ਆ ਹਾਂਜੀ ਵਾਲਦ ਸਾਹਿਬ ਅਮਰੀਕਾ 'ਚ ਰਹਿਣ ਡੇ 1980 ਤੋਂ ਅਤੇ ਬਾਬਾ ਜੀ ਵੀਡੀਓ ਇਜ਼ ਸਿਮੀਲਰ ਏਜ ਕਹਿੰਦੇ ਵੀ ਮੇਰੇ ਦਾਦਾ ਜੀ ਦੀ ਨਾ ਉਮਰ ਦੇ ਨਾਲ ਨਾਲ ਉਮਰ ਵਾਰੋਂ ਦੀ ਸਰਦਾਰ ਹਰਭਜਨ ਸਿੰਘ ਉਹਦੇ ਵਾਲਦ ਦਾ ਨਾਂ ਸੀ ਅਮਰ ਸਿੰਘ ਦੇਖੋ ਜੀ ਉਹਨਾਂ ਦੇ ਵਾਲਦ ਦਾ ਨਾਂ ਤਾਂ ਅਮਰ ਸਿੰਘ ਦਾ ਨਹੀਂ ਦੇਖਿਆ ਹਰਭਜਨ ਸਿੰਘ ਦਾ ਪਤਾ ਹਾਂ ਹਰਭਜਨ ਸਿੰਘ ਜਿਹੜਾ ਸੀਗਾ ਉਹ ਵੀ ਸਾਡਾ ਪੜੋਸੀ ਸੀ ਇੱਦਾਂ ਸਮਾਜ ਦੇ ਪਾਸੇ ਦੇਖਿਆ ਸੀਗਾ ਅੱਛਾ ਸਾਡਾ ਮਸ਼ਰਕ ਵੱਲ ਸੀ ਉਹਦਾ ਆਪਣੇ ਪ੍ਰੀਤਮ ਸਿੰਘ ਉਹਦਾ ਮਗਰਬ ਸਾਈਡ 'ਤੇ ਸੀਗਾ ਤੁਹਾਡਾ ਸੀਗਾ ਈਸਟ ਵੱਲ ਅਤੇ ਉਹਦਾ ਵੈਸਟ ਵੱਲ ਹਾਂ ਠੀਕ ਆ ਅੱਛਾ ਫਿਰ ਜਿਹੜਾ ਮੇਰਾ ਦੋਸਤ ਸੀ ਨਾ ਤਿਲਕ ਰਾਜ ਹਾਂਜੀ ਉਹਨਾਂ ਦਾ ਜਨੂਬ ਵਾਲੇ ਪਾਸੇ ਸੀ ਗਈ ਜਾਂਦੀ ਸੀ ਤਾਂ ਫਿਰ ਉਹਨਾਂ ਦੇ ਮਕਾਨ ਆਉਂਦੇ ਅੱਛਾ ਠੀਕ ਆ ਨਕਸ਼ਾ ਤਾਂ ਹੈਗਾ ਸਾਰਾ ਪੂਰੇ ਗਾਉਂ ਦਾ ਹਾਂਜੀ ਹਾਂਜੀ ਕੀ ਕਰਨਾ
ਸਾਊਥ ਹਾਲ ਸੀ ਤਿਲਕ ਰਾਜ ਦਾ ਘਰ। ਅੱਛਾ ਬਾਬਾ ਜੀ ਤੁਹਾਡਾ ਦੋਸਤ ਤਿਲਕ ਰਾਜ ਹੈਗਾ ਵਾ? ਚੰਡੀਗੜ੍ਹ ਚਲ ਗਏ। ਚੰਡੀਗੜ੍ਹ ਰਹਿੰਦੇ ਆ? ਮੇਰਾ ਬੇਟਾ ਇੱਥੇ ਸੀਗਾ, ਹੁਣ ਲਾਹੌਰ ਏਦਾਂ ਹੁੰਦਾ ਹੀ ਰਹਿੰਦਾ। ਹਾਂਜੀ ਹਾਂਜੀ ਹਾਂਜੀ। ਇਹ ਇੱਕ ਭਾਜੀ ਹੈਗੇ ਆ, ਇਹ ਵੀ ਤੁਹਾਡੇ ਪਿੰਡ ਦੇ ਬਾਬਾ ਜੀ, ਕਰਨਜੀਤ ਗਿੱਲ। ਕਹਿੰਦੇ ਆ ਵੀ ਮੈਂ 57 ਸਾਲ ਦਾ ਵਾਂ ਅਤੇ ਅਮਰੀਕਾ 'ਚ ਮੈਂ ਰਹਿਣ ਡਿਆ। ਝਿੰਗੜ ਕਲਾਂ ਮੇਰਾ ਪਿੰਡ ਵਾ ਅਤੇ ਇਹ ਤੁਹਾਡੀਆਂ ਬਾਬਾ ਜੀ ਦੀਆਂ ਗੱਲਾਂ ਕਹਿੰਦੇ ਵੀ ਮੈਨੂੰ ਬਹੁਤ ਸੋਹਣੀਆਂ ਲੱਗੀਆਂ ਅਤੇ ਬਾਬਾ ਜੀ ਨੇ ਬਹੁਤ ਪਿਆਰ ਦੀਆਂ ਸੱਚੀਆਂ ਗੱਲਾਂ ਕੀਤੀਆਂ ਸਾਰੀਆਂ। ਅੱਛਾ ਬਾਬਾ ਜੀ ਹੈਗੇ ਆ ਭਾਈ ਜਸਵਿੰਦਰ ਸਿੰਘ, ਉਹ ਕਹਿੰਦੇ ਆ ਵੀ ਬਾਬਾ ਜੀ ਚੜ੍ਹਦੀ ਕਲਾ 'ਚ ਰਹੋ ਤੁਸੀਂ ਹਮੇਸ਼ਾ, ਲਵ ਯੂ ਬਾਪੂ। ਅਤੇ ਝਿੰਗੜ ਕਲਾਂ ਪਿੰਡ ਵੱਲੋਂ ਬਹੁਤ ਬਹੁਤ ਪਿਆਰ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ, ਉਹ ਗੱਲ ਇਹ ਹੈ ਕਿ ਅਸੀਂ ਤੁਹਾਨੂੰ ਦੇ ਨਾਲ ਸਲਾਮ ਕਰਦੇ ਸੀ, ਉਹ ਸਾਨੂੰ ਕਰਦੇ ਸੀ, ਉਹ ਬੱਕਰ ਦੀ ਗੱਲ ਹੈ। ਤਬਦੀਲੀ ਜੋ ਹੋ ਗਈ, ਕਿਸਮਤ ਨੂੰ ਮੋੜ ਲੱਗ ਗਿਆ। ਹਾਂਜੀ ਹਾਂਜੀ, ਕਿਸਮਤ ਦਾ ਮੋੜ ਆ, ਕਿਸਮਤ ਦੇ ਮੋੜ ਜੇ ਲਿਆਉਣ ਤਾਂ ਫਿਰ ਜ਼ਿੰਦਗੀ ਇੱਦਾਂ ਹੀ ਆ, ਉੱਧਰ ਲੈ ਇੱਧਰ ਇੱਧਰ ਲੈ ਉੱਧਰ। ਅੱਛਾ ਬਾਬਾ ਜੀ, ਇਹ ਕਹਿੰਦੇ ਆ ਆ ਭਾਈ ਕਹਿੰਦੇ ਆ ਵੀ ਮੇਰੇ ਬਾਬਾ ਜੀ ਦਾ ਨਾਮ ਸਰਦਾਰ ਜੋਗਿੰਦਰ ਸਿੰਘ, ਸਰਦਾਰ ਜੋਗਿੰਦਰ ਸਿੰਘ 78 ਸਾਲ ਉਮਰ ਸੀ, ਉਹਦੇ ਵਾਲਦ ਨਾਲ ਹੀ ਸਰਦਾਰ ਭਗਤ ਸਿੰਘ ਹੈ ਕੁਛ ਚੇਤਾ? ਜੋਗਿੰਦਰ ਸਿੰਘ ਜੋਗਿੰਦਰ ਸਿੰਘ ਹੁਣ ਤੁਹਾਡਾ ਹਾਣੀ ਹੋਣਾ ਤਕਰੀਬਨ ਜੋਗਿੰਦਰ ਸਿੰਘ। ਅੱਛਾ ਅੱਛਾ ਅੱਛਾ, ਤੇ ਕਹਿੰਦੇ ਆ ਬਈ ਬਾਬਾ ਜੀ ਸਾਡੇ ਪਿੰਡ ਆਓ, ਆਪਣੇ ਪਿੰਡ ਝਿੰਗੜ ਕਲਾਂ, ਸਾਡਾ ਜੀ ਕਰਦਾ ਵਾ ਵੀ ਤੁਸੀਂ ਆਓ, ਅਸੀਂ ਤੁਹਾਨੂੰ ਪਿੰਡ 'ਚ ਰੱਖਣਾ ਵਾ ਪ੍ਰਾਹੁਣੇ ਬਣਾ ਕੇ ਆਪਣੇ। ਦੱਸੋ ਹੈ ਤਾਂ ਜੀ ਇੱਦਾਂ ਹੀ, ਹਾਂਜੀ ਜੇ ਕਿਤੇ ਅੱਲਾਹ ਤਾਲਾ ਨੂੰ ਮੰਜ਼ੂਰ ਹੋ ਜਾਊਂ। ਹੁਣ ਮੈਂ ਕਹਿੰਦਾ ਵੀ ਜਿਹੜਾ ਹੁਣ ਕਮਜ਼ੋਰੀ ਆ। ਅੱਛਾ, ਉਹ ਤਿਆਰੀ ਕੋਈ ਨਹੀਂ ਤੇਰੇ ਨਾਲ ਆ ਸਾਰੇ? ਨਹੀਂ ਕਮਜ਼ੋਰ ਨਹੀਂ, ਨਾਲ ਨਹੀਂ, ਨਾਲ ਹੀ ਹੈ ਸਾਰੇ। ਹਾਂ ਥੋੜ੍ਹੀ ਥੋੜ੍ਹੀ ਜਾਨ ਦੇ ਵਿੱਚ ਉਹ ਨਹੀਂ ਨਾ ਕਬੂਤ ਪਿੰਡ ਵਾਲਾ ਤੁਹਾਨੂੰ ਫਿੱਟ ਕਰ ਲੈਣਾ ਫਿਰ ਇੱਕ ਵਾਰ। ਨਹੀਂ ਉਹਨਾਂ ਦੁਬਾਰਾ ਤੁਹਾਨੂੰ ਦੇਸੀ ਚੱਲਣੀ ਆ ਤਾਂ ਸਾਰੀਆਂ ਹੀ ਪੱਲੇ ਪੈ ਗਈ ਆ ਕਾਕਾ। ਜਿਹੜਾ ਹਰੀ ਸਿੰਘ ਆ, ਹਾਂਜੀ ਸਾਡੇ ਨਾਲ ਸੀ, ਚਾਰ ਦਵਾਈ ਉਹਦੀ ਸਾਡੇ ਚੰਗੇ। ਹੁਣ ਇੱਕ ਤਾਂ ਪਲਾਲ ਇੱਥੇ ਤਾਂ ਕੋਈ ਬੰਦਾ ਹੀ ਹੈ ਨਹੀਂ। ਅੱਛਾ ਬਾਬਾ ਜੀ ਸੁਣਾਓ ਕੋਈ ਪਿੰਡ ਦੀ ਗੱਲ, ਕੋਈ ਹੁਣ ਤੁਹਾਡੇ ਪਿੰਡ ਜਾਊਗੀ ਫਿਰ ਗੱਲ, ਪਿੰਡ ਵਾਲਿਆਂ ਨੂੰ ਸੁਨੇਹਾ ਕੀ ਦੇਣਾ ਹੁਣ ਦੱਸੋ? ਹੁਣ ਜੀ ਅਸੀਂ ਤਾਂ ਇਹੋ ਕੁਛ ਕਹਿ ਸਕਦੇ ਹਾਂ ਕਿ ਮੌਲਾ ਕਰੀਮ ਉਹਨਾਂ ਨੂੰ ਆਬਾਦ ਸ਼ਾਦ ਰੱਖੇ। ਠੀਕ ਹੈ, ਸਾਰੀ ਕਿਸਮਤ ਵਿੱਚ ਇੱਕ ਵਾਰ ਹਾਜ਼ਰੀ ਸਾਰੀ ਵੀ ਲੱਗ ਗਈ। ਅੱਲਾਹ ਤਾਲਾ ਨੂੰ ਜੇ ਮਨਜ਼ੂਰ ਹੋਇਆ ਜੇ ਉਹ ਆਪਣੇ ਉਹਨਾਂ ਦੇ ਗੁਰੂ ਵੀ ਸਾਡੇ ਗੁਰੂ ਹੀ ਆ। ਹਾਂਜੀ ਹਾਂਜੀ, ਸਾਡੇ ਗੁਰੂ ਵੀ ਉਹਨਾਂ ਦੇ ਗੁਰੂ ਆ। ਠੀਕ ਆ, ਕੋਈ ਇਹਦੇ ਵਿੱਚ ਗੱਲ ਫਾਰੀ ਗੱਲ ਕੋਈ ਕੋਈ ਨਹੀਂ। ਠੀਕ ਆ, ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਸਾਨੂੰ ਕਰਦੇ। ਅੱਛਾ ਦੇਖੋ, ਇੱਕ ਮੈਨੂੰ ਗਿਆਨ ਆਇਆ ਯਾਦ, ਉਹ ਫਰਮਾਉਂਦੇ ਮਨ ਲਾਲਚੀ। ਹਾਂਜੀ, ਕਬੀਰਾ ਇਹ ਮਨ ਲਾਲਚੀ। ਅੱਛਾ, ਕਬੀਰਾ ਇਹ ਮਨ ਲਾਲਚੀ, ਲਾਲਚੀ ਸਮਝੇ ਨਹੀਂ ਗਵਾਰ।
ਸਮਝ ਨਹੀਂ ਗਵਾਰ ਗਵਾਰ ਕਹਿੰਦੇ ਘਟੀਆ ਲੋਕ ਹੁੰਦੇ ਘਟੀਆ ਲੋਕ ਅੱਛਾ ਗਵਾਰ ਗਵਾਰ ਠੀਕ ਆ ਸਰ ਮੇਰਾ ਮਨ ਲਾਲ ਕੀ ਸਮਝੇ ਨਹੀਂ ਗਵਾਰ ਭਜਨ ਕਰਨ ਕੋ ਸੋਚਤਾ ਖਾਣੇ ਕੋ ਹੁਸ਼ਿਆਰ ਠੀਕ ਆ ਠੀਕ ਸੁਸਤ ਹੈ ਸੁਸਤ ਅੱਛਾ ਭਜਨ ਕਰਨ ਕੋ ਸੋਚਤ ਹੈ ਖਾਣੇ ਕੋ ਹੁਸ਼ਿਆਰ ਖਾਣੇ ਕੋ ਹੁਸ਼ਿਆਰ ਠੀਕ ਅੱਛਾ ਤਾਂ ਫਿਰ ਹੋਰ ਵੀ ਬਹੁਤ ਕੁਛ ਹੈਗਾ ਪਰ ਹੁਣ ਆਪਣੇ ਸ਼ੁਰੂ ਕੀਤਾ ਅੱਛਾ ਬਾਬਾ ਜੀ ਜੇ ਜੋ ਆਖਣ ਵੀ ਨਹੀਂ ਤੁਸੀਂ ਬਾਬਾ ਜੀ ਨੂੰ ਅਸੀਂ ਸਪੋਂਸਰ ਵੀਜ਼ਾ ਘੱਲਣਾ ਤੇ ਬਾਬਾ ਜੀ ਨੂੰ ਤੁਸੀਂ ਲੈ ਕੇ ਜ਼ਰੂਰ ਹੀ ਆਓ ਵਾਹਗੇ ਬਾਰਡਰ ਤੱਕ ਅਸੀਂ ਤੁਹਾਨੂੰ ਲੈ ਜਾਵਾਂਗੇ ਅੱਗੇ ਉਹਨਾਂ ਤੁਹਾਨੂੰ ਲੈ ਜਾਣਾ ਗੱਡੀ 'ਚ ਬਿਠਾ ਕੇ ਚੱਲੋਗੇ ਫਿਰ ਗੱਡੀ 'ਚ ਬਿਠਾ ਕੇ ਫਿਰ ਚੱਲੋਗੇ ਅੱਠ ਦਸ ਦਿਨ ਰਿਹੋ ਪਿੰਡ ਵੇਖਿਓ ਗਲੀਆਂ ਬਾਜ਼ਾਰ ਪਿੰਡ ਕੋਈ ਗੱਲ ਨਹੀਂ ਅਸੀਂ ਆਪਣੇ ਘਰ ਮੈਂ ਸਿੱਧਾ ਜਾ ਸਕਦੇ ਅੱਛਾ ਆਪਣੇ ਘਰ ਦਾ ਛੱਡ ਕੇ ਆਏ ਹਾਂ ਉਹਦੇ ਵਿੱਚ ਮੈਂ ਸਿੱਧਾ ਜਾ ਸਕਦਾ ਕਿਸੇ ਨੂੰ ਪੁੱਛਣ ਦੀ ਲੋੜ ਕੋਈ ਅੱਛਾ ਤੇ ਤਿਲਕ ਰਾਜ ਨੂੰ ਪਛਾਣ ਲਓਗੇ ਤਿਲਕ ਰਾਜ ਨੂੰ ਇੱਦਾਂ ਦਾ ਬੱਚਾ ਅਸੀਂ ਜਿੱਦਾਂ ਇੰਨੀ ਉਮਰ ਸੀਗੀ ਤੇ ਇਕੱਠੇ ਸੀਗੇ ਪਛਾਣ ਜੇ ਉਹ ਮੇਰੇ ਹਾਲਾਤ ਇੱਦਾਂ ਦੇ ਤਾਂ ਉਹਦੇ ਵੀ ਉੱਦਾਂ ਨਹੀਂ ਹੋਣਗੇ ਠੀਕ ਆ ਅੱਛਾ ਬਾਬਾ ਜੀ ਕਰਤਾਰਪੁਰ ਸਾਹਿਬ ਮਿਲਣ ਦਾ ਮੌਕਾ ਸੌਖਾ ਵਾ ਜੇ ਤੁਸੀਂ ਕਰਤਾਰਪੁਰ ਸਾਹਿਬ ਚਾਹੋ ਨਾ ਉਹ ਉਹਨਾਂ ਨੂੰ ਆਪਾਂ ਕਹਿ ਦਾਂਗੇ ਵੀ ਬਾਬਾ ਜੀ ਨੂੰ ਤੁਸੀਂ ਮਿਲਣਾ ਚਾਹੁੰਦੇ ਜੇ ਕਰਤਾਰਪੁਰ ਸਾਹਿਬ ਆਓ ਉਹ ਆ ਜਾਣਗੇ ਆਪਾਂ ਇੱਥੋਂ ਜਾਵਾਂਗੇ ਗੱਡੀ 'ਤੇ ਸਾਰਾ ਦਿਨ ਉਹਦੇ ਕੋਲ ਰਵਾਂਗੇ ਸ਼ਾਮ ਨੂੰ ਆਪਾਂ ਘਰ ਇੱਥੇ ਮੋੜ ਆਵਾਂਗੇ ਪਿੰਡ ਤੁਹਾਨੂੰ ਇੱਥੇ ਛੱਡਾਂਗੇ ਤੁਹਾਡੇ ਘਰ ਇੱਦਾਂ ਹੋ ਸਕਦਾ ਸੌਖਾ ਵਾ ਆਹ ਨਾਰੋਵਾਲ ਨੀ ਨਾਰੋਵਾਲ ਉੱਥੇ ਇਮਰਾਨ ਖਾਨ ਨੇ ਉਹਨਾਂ ਦੀ ਹਾਜ਼ਰੀ ਕਰਦੇ ਰਹੇ ਹਾਂ ਹੋਰ ਗੁਰਦੁਆਰਿਆਂ ਦੀ ਵੀ ਕੀਤੀ ਮੈਂ ਤੁਹਾਨੂੰ ਦੱਸਿਆ ਨੀ ਕਿ ਮੈਂ ਆਪਣੇ ਗਾਉਂ 'ਚ ਰਹਿੰਦੇ ਹੋਏ ਗੁਰਦੁਆਰੇ 'ਚ ਚੱਲ ਜਾਂਦਾ ਹੁੰਦਾ ਠੀਕ ਆ ਠੀਕ ਆ ਜਦੋਂ ਉਹਨਾਂ ਦੀ ਹੁੰਦੀ ਸੀ ਨਮਾਜ਼ ਦਾ ਟਾਈਮ ਹਾਂਜੀ ਹਾਂਜੀ ਗੁਰਦੁਆਰੇ 'ਚ ਚੱਲ ਜਾਂਦਾ ਪਾਠ ਦੇ ਟਾਈਮ 'ਤੇ ਅੱਛਾ ਮੈਂ ਤੀਸਰੀ 'ਚ ਮੈਂ ਸੀਗਾ ਆ ਬੱਚਾ ਕਿੰਨੀ 'ਚ ਇਹ ਸੱਤਵੀਂ 'ਚ ਇਹ ਤਾਂ ਸੱਤਵੀਂ ਮੈਂ ਤੀਸਰੀ ਸੀਗਾ ਜਦੋਂ ਗੁਰਦੁਆਰੇ 'ਚ ਚੱਲ ਜਾਂਦਾ ਠੀਕ ਆ ਠੀਕ ਆ ਠੀਕ ਅਤੇ ਮੁਹੱਬਤ ਕਰਦੇ ਸੀ ਉਹ ਲੋਕ ਹਾਂਜੀ ਤੇ ਸਾਡਾ ਵੀ ਇਹ ਸੀਗਾ ਕਿ ਸਾਡੇ ਵਾਲਦਾ ਇਹਨੂੰ ਹੈ ਹਾਂਜੀ 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 ਬਿਲਕੁਲ ਹਾਂਜੀ ਚੀਜ਼ ਹੈਗੀ ਹੈ ਕਿ ਗੱਲ ਤਾਂ ਹੈਗੀ ਹੈ ਸਾਰੀ ਅੰਦਰ ਦੀ ਅੰਦਰ ਦੀ ਅੰਦਰ ਕੁਛ ਹੋਵੇ ਤਾਂ ਫਿਰ ਆਪੇ ਪਤਾ ਲੱਗ ਜਾਂਦਾ ਠੀਕ ਆ ਬਾਬਾ ਜੀ ਤੁਹਾਡੇ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਪਿਆਰ ਭਰੇ ਸੁਨੇਹਾ ਬਾਜੀ ਅਸੀਂ ਤਾਂ ਸਾਰੀਆਂ ਮੁਹੱਬਤਾਂ ਦੀਆਂ ਜਿਹੜੀਆਂ ਉਹਨਾਂ ਨੂੰ ਸਲਾਮ ਕਰਦੇ ਹਾਂ ਠੀਕ ਆ ਦੁਆਵਾਂ ਕਰਦੇ ਹਾਂ ਅੱਛਾ ਉਹ ਮੇਰੇ ਵਾਲਦ ਦੀ ਬੜੀ ਮੁਹੱਬਤ ਵਾਲੀ ਅੱਛਾ ਤੇ ਉਹਨੂੰ ਵੀ ਸੱਦ ਲੈਂਦੀ ਸੀ ਮੈਂ ਵੀ ਨਾਲ ਚੱਲ ਜਾਂਦਾ ਸੀ ਜਿੰਨਾ ਅਸੀਂ ਇੱਧਰ ਨੂੰ ਲੱਗੇ ਨਾ ਆਉਣ ਉਹ ਕਹਿਣ ਲੱਗੀ ਵੀ ਭਾਈ ਜਾਨ ਗੱਲ ਹੈਗੀ ਹੈ ਤੁਹਾਡਾ ਜਿਹੜਾ ਘਰ ਹੈ ਸੰਦੂਕ ਲੱਕੜੀ ਦਾ ਬਣਿਆ ਉਹ ਤਾਂ ਤੁਸੀਂ ਮੈਨੂੰ ਆਪਣੇ ਹੱਥੀਂ ਦੇ ਦਿਓ ਬਹੁਤ ਕੀਮਤੀ ਬਣਿਆ ਅੱਛਾ ਹੈ ਠੀਕ ਆ ਅੱਛਾ ਅਤੇ ਬਾਕੀ ਇਹ ਆ ਉਹ ਇੱਕ ਸੀ ਸਾਡੇ ਬਜ਼ੁਰਗਾਂ ਨੇ ਚਾਂਦੀ ਦੀ ਇੰਚ ਪੂਰੀ ਨੂੰ ਭਾਬੀ ਕਹਿੰਦੇ ਸੀ ਭਾਬੀ ਕਹਿੰਦੇ ਆ ਤੇ ਉਹ ਇੱਟ ਅਸੀਂ ਕਰਦੇ ਹਾਂ ਉਹ ਤੁਹਾਡੇ ਕੋਲ ਅਸੀਂ ਅਮਾਨਤ ਅੱਛਾ ਜੀ ਅਮਾਨਤ ਠੀਕ ਅਸੀਂ ਜਾਣਾ ਕਿੱਥੇ ਜਾਣਾ ਹਾਂਜੀ ਜੇ ਸਾਡੇ ਹਾਲਾਤ ਰਹੇ ਸਹੀ ਹਾਂਜੀ ਫਿਰ ਉਹ ਤੇਰੀ ਆ ਠੀਕ ਆ ਤੇ ਜੇ ਸਾਨੂੰ ਪਈ ਜ਼ਰੂਰਤ ਹਾਂਜੀ ਤਾਂ ਫਿਰ ਉਹਦਾ ਉਹ ਮਾਨਤ ਉਹ ਕਹਿਣਗੇ ਵੀ ਚੰਗਾ ਭਾਈ ਜਾਣਾ ਜਿੱਦਾਂ ਤੁਹਾਡੀ ਸਮਝ ਆਉਂਦੀ ਆ
अच्छा बाबा जी ਤੁਹਾਡਾ ਘਰ ਉਸੇ ਤਰ੍ਹਾਂ ਹੀ ਹਾਲੇ ਵੀ ਵਿਹਲਾ ਹੀ ਆ ਹਾਂਜੀ ਤੁਹਾਡਾ ਘਰ ਖਾਲੀ ਆ ਉਸੇ ਤਰ੍ਹਾਂ ਹੀ ਉਹਦੇ ਵਿੱਚ ਕੋਈ ਨਹੀਂ ਰਹਿੰਦਾ ਉਹਦੇ ਵਿੱਚ ਅੱਛਾ ਹਾਂਜੀ ਜੇ ਖਾਲੀ ਚਲੀਏ ਹਾਂਜੀ ਜਾਣੇ ਮੇਰੇ ਹਾਂਜੀ ਹਾਂਜੀ ਅੱਛਾ ਦੱਸਿਆ ਇੱਕ ਦੋਸਤ ਨੇ ਵੀ ਬਾਬਾ ਜੀ ਹੁਣ ਦਾ ਘਰ ਉਸੇ ਤਰ੍ਹਾਂ ਪਿਆ ਵਿਹਲੇ ਦਾ ਵਿਹਲਾ ਉਹਦੇ ਵਿੱਚ ਕੋਈ ਨਹੀਂ ਰਹਿੰਦਾ ਹਾਂਜੀ एक दोस्त ने दसिया घर बाबा जी का उसे तरह ही हूं भी उम्मीद है भी तुहानू अज दी साडी वीडियो पसंद आई होगी जे साडा एक काम तुहानू चंगा लग्या तो चैनल नूं सबसक्राइब कर लिओ तो वीडियो नूं लाइक कर दिओ ਅਤੇ ਕਮੈਂਟਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਸਾਡੀ ਅੱਜ ਦੀ ਇਹ ਕੋਸ਼ਿਸ਼ ਕਿੱਦਾਂ ਚੱਲਦੀ ਹੈ ਹੋਰ ਕੋਈ ਸੁਨੇਹਾ ਹੋਵੇ ਜਾਂ ਗੱਲ ਕਰਨਾ ਚਾਹੋ ਬਜ਼ੁਰਗਾਂ ਨਾਲ ਤਾਂ ਫਿਰ ਤੁਸੀਂ ਦੱਸਿਓ ਅਸੀਂ ਫਿਰ ਤੁਹਾਡੀ ਸੇਵਾ ਲਈ ਹਾਜ਼ਰ ਹੋ ਜਾਵਾਂਗੇ ਬਾਬਾ ਜੀ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ ਅਸਲਾਮ ਅਲੈਕੁਮ ਅਤੇ ਸਤਿ ਸ਼੍ਰੀ ਅਕਾਲ